ਹੇ ਗੁੱਡ ਮਾਰਨਿੰਗ ਫਰੈਂਡਸ, ਕੀ ਹਾਲ ਹੈ? ਅੱਜ ਮੈਂ ਤੁਹਾਡੇ ਸਾਫ ਸੁਥਰੀ ਦੇ ਸਾਹਮਣੇ ਦੁਬਾਰਾ ਪਗੜੀ ਬੰਨਣ ਦੇ ਸਟਾਈਲ ਨੂੰ ਸਿਖਾਉਣ ਜਾ ਰਿਹਾ ਹਾਂ। ਅਸੀਂ ਖੁੱਲ੍ਹੀ ਦਾੜੀ ਨਾਲ ਵੀ ਪਗੜੀ ਬੰਨ ਸਕਦੇ ਹਾਂ ਅਤੇ ਅਸੀਂ ਨੋਰਮਲ ਵੀ ਪਗੜੀ ਬੰਨ ਸਕਦੇ ਹਾਂ। ਅਤੇ ਅੱਜ ਮੈਂ ਤੁਹਾਡੇ ਸਾਹਿਬ ਨੂੰ ਦਿਖਾਵਾਂਗਾ ਕਿ ਅਸੀਂ ਪਟਿਆਲਾ ਸ਼ਾਹੀ ਟਾਈਪ ਪਗੜੀ ਕਿਵੇਂ ਬੰਨੀ ਹੈ। ਤੁਸੀਂ ਪੌਣੀ ਕਰਨ ਦਾ ਸਟਾਈਲ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਵਾਂ ਅਤੇ ਹੁਣ ਮੈਂ ਤੁਹਾਨੂੰ ਪਗੜੀ ਬੰਨ ਬੰਨ ਕੇ ਨਾਲ ਦਿਖਾਉਂਦਾ ਅਤੇ ਤੁਸੀਂ ਦੇਖੋ, ਸਾਰੇ ਵੀਰ ਦੇਖੋ ਜਿਨ੍ਹਾਂ ਨੇ ਪਗੜੀ ਬੰਨਣਾ ਸਿੱਖਣਾ ਅਤੇ ਸਿੱਖ ਸਕਦੇ ਹੋ। ਪਹਿਲੇ ਲੜ ਨੂੰ ਅਸੀਂ ਇਸ ਹਿਸਾਬ ਨਾਲ ਲੈਣਾ ਤਾਂ ਕਿ ਤੁਹਾਡਾ ਲਾਸਟ ਲੜ ਹੈ ਜਿਹੜਾ ਪ੍ਰੋਪਰ ਆ ਜਾਵੇ। ਮੈਂ ਹਮੇਸ਼ਾ ਛੋਟਾ ਲੈਂਦਾ ਕਿਉਂਕਿ ਮੇਰੇ ਹਿਸਾਬ ਦੀ ਸੈਟਿੰਗ ਹੈ। ਉੱਤੋਂ ਇੱਦਾਂ ਰੱਖ ਕੇ ਸਿਰ ਦੇ ਉੱਪਰ ਦੇ ਪਹਿਲਾ ਪੰਨਾ ਘੁਮਾ ਕੇ ਲਿਆਉਣਾ, ਠੀਕ ਹੈ ਜੀ, ਇੱਦਾਂ। ਅਤੇ ਤੁਸੀਂ ਪਹਿਲੇ ਪੰਨੇ ਨੂੰ ਉੱਪਰੋਂ ਦੀ ਸਾਫ਼ ਕਰ ਲੈਣਾ, ਸਾਫ਼ ਕਰਕੇ ਥੋੜ੍ਹਾ ਜਿਹਾ ਇਹਨੂੰ ਖੋਲ੍ਹ ਲੈਣਾ। ਖੋਲ੍ਹ ਕੇ ਤੁਸੀਂ ਇਹਨੂੰ ਡਬਲ ਕਰ ਲੈਣਾ। ਡਬਲ ਕਰਨ ਨਾਲ ਕੀ ਹੁੰਦਾ, ਇਹ ਥੋੜ੍ਹਾ ਜਿਹਾ ਇੱਥੋਂ ਟਾਈਟ ਹੋ ਜਾਂਦਾ ਅਤੇ ਤੁਹਾਡਾ ਖਿਸਕਦਾ ਨਹੀਂ ਦੁਬਾਰਾ। ਪਹਿਲੇ ਆਪਣੇ ਲੜਦੇ ਹਿਸਾਬ ਨਾਲ ਜਿੰਨਾ ਕੁ ਤੁਸੀਂ ਲੜ ਰੱਖਦੇ ਹੋ ਜਾਂ ਸਿੱਖਣਾ ਚਾਹੁੰਦੇ ਹੋ ਤਾਂ ਅੱਧੀ ਅੱਖ ਨੂੰ ਕਵਰ ਕਰਕੇ, ਇਹਨੂੰ ਅੱਧੀ ਅੱਖ ਨੂੰ ਕਵਰ ਕਰਕੇ ਪਰ ਇੱਦਾਂ ਰੱਖਣਾ ਘੁਮਾ ਕੇ ਅਤੇ ਪਿੱਛੋਂ ਦੀ ਇੱਦਾਂ ਕਲੀਅਰ ਕਰਕੇ ਰੱਖਣਾ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਦੂਜਾ ਲੜ ਲਿਆਉਣਾ ਆਲ ਦ ਵੇ ਅਪ। ਉੱਪਰੋਂ ਦੀ ਕਲੀਅਰ ਕਰ ਲੈਣਾ, ਨੀਚੇ ਸਾਈਡ ਖੋਲ੍ਹ ਲੈਣਾ, ਇਹਨੂੰ ਲੈਵਲ ਕਰ ਲੈਣਾ। ਇੱਦਾਂ ਲੜ ਨੂੰ ਉੱਪਰੋਂ ਦੀ ਘੁਮਾ ਕੇ ਲਿਆ ਕੇ ਜਿਹੜਾ ਪਹਿਲਾਂ ਲੜ ਰੱਖਿਆ, ਪਹਿਲੇ ਲੜ ਦੇ ਕੋਨੇ 'ਤੇ ਸਭ ਤੋਂ ਉੱਪਰ ਲਿਆਉਣਾ ਉਹਨੂੰ ਇੱਦਾਂ, ਅਤੇ ਉੱਪਰੋਂ ਸਾਫ਼ ਕਰ ਲੈਣ ਦੇ ਨਾਲ ਦੀ ਨਾਲ। ਅਤੇ ਪਹਿਲਾਂ ਲੜ ਨੂੰ ਥੋੜ੍ਹਾ ਇੱਦਾਂ ਖਿੱਚ ਲੈਣਾ, ਵੱਡਾ ਕਰ ਲੈਣਾ ਇੱਦਾਂ, ਵੱਡਾ ਕਰਕੇ ਤੁਸੀਂ ਇਹਨੂੰ ਪਹਿਲੇ ਇੱਦਾਂ ਇੱਕ ਮੋੜ ਦੇਣਾ ਤਾਂ ਕਿ ਟਿੱਕ ਜਾਵੇ ਤੁਹਾਡਾ ਲੜ। ਉਸ ਤੋਂ ਬਾਅਦ ਨੀਚੇ ਉੱਪਰੋਂ ਦੀ ਕਲੀਅਰ ਕਰਦੇ ਹੋਏ ਫਿੰਚ ਕਰਕੇ ਨਵਾਂ ਲੜ ਖੋਲ੍ਹਣਾ ਇੱਦਾਂ, ਫਿਰ ਇਹਨੂੰ ਸਾਫ਼ ਕਰ ਲੈਣਾ। ਥੋੜ੍ਹੇ ਸਪੇਸ ਛੱਡ ਕੇ ਥੋੜ੍ਹਾ ਜਿਹਾ ਸਪੇਸ ਛੱਡ ਕੇ ਇੱਦਾਂ ਲੜ ਨੂੰ ਰੱਖ ਲੈਣਾ ਦੁਬਾਰਾ। ਲੜ ਰੱਖ ਕੇ ਪਹਿਲਾਂ ਇਹ ਤੁਸੀਂ ਹੁਣ ਛੱਡ ਸਕਦੇ ਹੋ। ਅਤੇ ਤੁਸੀਂ ਦੇਖਿਆ ਪਹਿਲਾਂ ਲੜ ਇੰਨੀ ਗੈਪ ਦੇ ਨਾਲ ਇਹਨੂੰ ਉੱਪਰ ਰੱਖੋ ਤਾਂ ਕਿ ਤੁਹਾਡਾ ਇੱਦਾਂ ਇੱਦਾਂ ਬਣਦਾ ਚੁੰਝ ਬਣਦੀ ਆਏਗੀ। ਇੱਧਰ ਲੜ ਨੂੰ ਘੁਮਾ ਕੇ ਪਿੱਛੋਂ ਦੀ ਸਾਫ਼ ਕਰਦੇ ਹੋਏ ਤੁਸੀਂ ਇੱਦਾਂ ਪ੍ਰੋਪਰ ਪਿੱਛੋਂ ਦੀ ਸਾਫ਼ ਕਰ, ਥੋੜ੍ਹਾ ਜਿਹਾ ਇੱਧਰ ਨੋਟ ਦੇ ਕੇ ਇਹਨੂੰ ਦਵਾ ਦੇਣਾ ਤਾਂ ਕਿ ਥੋੜ੍ਹਾ ਜਿਹਾ ਛੋਟਾ ਹੋ ਜਾਵੇ। ਫਿਰ ਜਿਹੜੀ ਪਹਿਲੀ ਰਿਪੀਟ ਕੀਤੀ ਸੀ ਉੱਪਰ ਜਿਹੜਾ ਬੰਦ ਪਾਸ, ਜਿਹੜਾ ਬੰਦ ਪਾਸਾ ਉਹਨੂੰ ਇੱਦਾਂ ਬੰਦ ਹੀ ਰੱਖਣਾ ਜੀ, ਜਿਹੜਾ ਖੁੱਲ੍ਹਾ ਪਾਸਾ ਉਹਨੂੰ ਖੋਲ੍ਹ ਲੈਣਾ, ਥੋੜ੍ਹਾ ਜਿਹਾ ਚੌੜਾ ਕਰ ਲੈਣਾ ਹੱਥ ਨੂੰ। ਹੱਥ ਨੂੰ ਇੱਦਾਂ ਲੜ ਨੂੰ ਫੜ ਕੇ ਤੁਸੀਂ ਇਹਨੂੰ ਪਿੱਛੋਂ ਦਬਾਉਂਦੇ ਹੋਏ ਥੋੜ੍ਹਾ ਜਿਹਾ ਫਿਰ ਉਸ ਲੜ ਦੇ ਬਰਾਬਰ ਲਿਆਉਣਾ ਉੱਪਰ, ਲੜ ਦੇ ਬਰਾਬਰ ਲਿਆ ਕੇ ਥੋੜ੍ਹਾ ਜਿਹਾ ਇੱਧਰੋਂ ਸੈਟਿੰਗ ਹੱਥ ਕੇ ਹੱਥ ਫੇਰ ਕੇ ਸੈਟਿੰਗ ਕਰ ਲੈਣੀ। ਸੈਟਿੰਗ ਕਰਕੇ ਇਹ ਵੇਲੇ ਲੜ ਨੂੰ ਦੁਬਾਰਾ ਨੀਚੇ ਖਿੱਚਣਾ ਜੀ। ਅਸੀਂ ਸਾਰੇ ਲੜਾਂ ਨੂੰ ਤਕਰੀਬਨ ਇੱਦਾਂ ਹੀ ਲਿਆਵਾਂਗੇ, ਇੱਦਾਂ ਹੀ ਚੌੜਾ ਕਰਕੇ ਖਿੱਚ ਕੇ ਪਹਿਲਾ ਲੜ ਇੱਦਾਂ ਪਿੰਚ ਕਰਕੇ ਉਹਨੂੰ ਪਿੰਚ ਕਰ ਦੇਣਾ ਜੀ ਤਾਂ ਕਿ ਉਹ ਪਹਿਲਾ ਲੜ ਉੱਥੇ ਟਿੱਕ ਜਾਵੇ। ਜਦ ਟਿੱਕ ਜਾਵੇ ਤਾਂ ਇਹ ਵੇਲੇ ਲੜ ਨੂੰ ਇੱਦਾਂ ਸਿੱਧਾ ਕਰ ਲੈਣਾ, ਸਿੱਧਾ ਕਰਕੇ ਇੱਦਾਂ ਹੱਥ ਦੇ ਕੇ ਤਾਂ ਉੱਪਰੋਂ ਦੀ ਉਹਨੂੰ ਸੈੱਟ ਕਰ ਲੈਣਾ। ਦੇਖੋ ਜੀ ਇੱਦਾਂ ਸੈੱਟ ਕਰ ਲੈਣਾ, ਸੈੱਟ ਕਰਕੇ ਫਿਰ ਇਹਨੂੰ ਦੂਜਾ ਪਿੰਚ ਬਣਾਉਣਾ, ਦੂਜਾ ਪਿੰਚ ਬਣਾ ਕੇ ਇਹਨੂੰ ਥੋੜ੍ਹਾ ਜਿਹਾ ਟੇਢਾ ਕਰਕੇ ਉੱਪਰੋਂ ਦੀ ਥੋੜ੍ਹਾ ਚੌੜਾ ਹੀ ਰਹਿਣ ਦੇਣਾ ਜੀ। ਲੜ ਨੂੰ ਇੱਦਾਂ ਫੜ ਕੇ ਇਹ ਵੇਲੇ ਲੜ ਤੋਂ ਥੋੜ੍ਹਾ ਜਿਹਾ ਖਿੱਚਦੇ ਹੋਏ ਹੱਥ ਨੂੰ ਲੜ ਦੀ ਸੈਟਿੰਗ ਬਣਾਉਂਦੇ ਹੋਏ ਅਤੇ ਤੁਸੀਂ ਇੱਦਾਂ ਲੜ ਨੂੰ ਰੱਖਣਾ ਦੁਬਾਰਾ, ਇਹਨੂੰ ਥੋੜ੍ਹਾ ਜਿਹਾ ਗੈਪ ਮੇਨਟੇਨ ਕਰਕੇ ਹੱਥ ਦੇ ਨਾਲ ਇਹਨੂੰ ਦਬਾ ਦੇਣਾ ਤਾਂ ਕਿ ਬਰਾਬਰ ਆ ਜਾਵੇ। ਥੋੜ੍ਹਾ ਗੈਪ ਮੇਨਟੇਨ ਕਰਕੇ ਇਹ ਬਣ ਗਿਆ ਤੁਹਾਡਾ ਤੀਜਾ ਲੜ। ਠੀਕ ਹੈ ਜੀ, ਹੁਣ ਅਸੀਂ ਅਗਲੇ ਲੜ ਦੀ ਤਿਆਰੀ ਕਰਾਂਗੇ। ਪ੍ਰੋਸੈਸ ਸਾਰਾ ਪਹਿਲੇ ਲੜ ਤੋਂ ਲਾਸਟ ਲੜ ਤੱਕ ਆਲਮੋਸਟ ਸੇਮ ਹੀ ਹੋਏਗਾ। ਇਹ ਮੈਂ ਥੋੜ੍ਹੀ ਪਟਿਆਲਾ ਸ਼ਾਹੀ ਸਿਸਟਮ ਪਗੜੀ ਪਟਿਆਲਾ ਸ਼ਾਹੀ ਸਟਾਈਲ 'ਚ ਬੰਨਣਾ ਚਾਹ ਰਿਹਾ ਵਾਂ ਅੱਜ, ਅਤੇ ਮੈਂ ਕਿਹਾ ਚਲੋ ਅੱਜ ਤੁਹਾਨੂੰ ਦਿਖਾ ਦਾਂ ਇੱਕ ਨਵਾਂ ਸਟਾਈਲ। ਅਤੇ ਇੱਦਾਂ ਆਪਾਂ ਪਗੜੀ ਨੂੰ ਖਿੱਚ ਕੇ ਫਿਰ ਇਹਨੂੰ ਨੋਟ ਦੇ ਕੇ ਨੀਚੇ ਟਾਈਟ ਕਰ ਦਾਂਗੇ ਤਾਂ ਕਿ ਇਹ ਵਾਲਾ ਲੜ ਜਿਹੜਾ ਇੱਧਰੋਂ ਆ ਰਿਹਾ ਟਾਈਟ ਹੋ ਜਾਵੇ। ਅਤੇ ਹੁਣ ਅਸੀਂ ਇਹਦਾ ਦੂਜਾ ਲੜ ਅਗਲਾ ਲੜ ਕੋਸ਼ਿਸ਼ ਕਰਾਂਗੇ ਰੱਖਣ ਦੀ। ਇਸ ਅਗਲੇ ਲੜ ਨੂੰ ਰੱਖਣ ਵੇਲੇ ਵੀ ਅਸੀਂ ਥੋੜ੍ਹਾ ਜਿਹਾ ਇੱਧਰੋਂ ਦੀ ਗੈਪ ਦੇਣਾ। ਤੁਸੀਂ ਦੇਖ ਰਹੇ ਹੋ ਇਹ ਪਹਿਲਾਂ ਸੀ, ਇਹ ਦੂਜਾ, ਇਹ ਤੀਜਾ, ਬਾਕੀ ਜਦ ਅਸੀਂ ਫਾਈਨਲ ਪਗੜੀ ਕਰਕੇ ਸਾਫ਼ ਕਰਾਂਗੇ ਉਹਦੇ ਵਿੱਚ ਵੀ ਹੋ ਜਾਏਗਾ ਜੀ। ਫਿਰ ਇਹਨੂੰ ਨੀਚੇ ਖਿੱਚਾਂਗੇ, ਪਹਿਲੀ ਚੂੰਟੀ ਮਾਰ ਕੇ ਨੀਚੇ ਇਹਨੂੰ ਸਾਫ਼, ਇਹਨੂੰ ਲੜ ਨੂੰ ਇੱਦਾਂ ਦੁਬਾਰਾ ਸਾਫ਼ ਕਰਕੇ ਦੇਖੋ।
ਦੁਬਾਰਾ ਸਾਫ਼ ਕਰਕੇ ਉੱਪਰੋਂ ਦੀ ਇਹਨੂੰ ਫਿਰ ਥੋੜ੍ਹਾ ਜਿਹਾ ਪਿੰਚ ਕਰਕੇ ਇਹਨੂੰ ਨੀਚੇ ਕਰ ਦਾਂਗੇ ਤਾਂ ਕਿ ਇਹਦੇ ਇੱਦਾਂ ਲੜ ਦਿਖਣ ਲੱਗ ਜਾਏ ਜੀ। ਫਿਰ ਇੱਦਾਂ ਫਿਰ ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਮੋੜਾਂਗੇ ਕਿ ਇਹ ਥੋੜ੍ਹਾ ਜਿਹਾ ਮੁੜ ਕੇ ਅਤੇ ਇਹ ਇੱਦਾਂ ਪਿੱਛੇ ਨੂੰ ਸੈੱਟ ਹੋ ਜਾਵੇ। ਲੜ ਨੂੰ ਕਲੀਅਰ ਕਰਦੇ ਹੋਏ ਜਿਵੇਂ ਦੇਖ ਸਕਦੇ ਹੋ ਇਹ ਲੜ ਵੀ ਆਪਣਾ ਆ ਗਿਆ। ਹੁਣ ਅਸੀਂ ਨੈਕਸਟ ਲੜ ਦੀ ਤਿਆਰੀ ਕਰਾਂਗੇ। ਸੇਮ ਪ੍ਰੋਸੈਸ ਦੁਬਾਰਾ ਪਿੱਛੋਂ ਦੀ ਪਿੰਚ ਕਰਕੇ ਥੋੜ੍ਹਾ ਜਿਹਾ ਇੱਧਰੋਂ ਆਸਤੇ ਆਸਤੇ ਨੀਚੇ ਲਿਆਉਂਦੇ ਰਹਿਣਾ, ਉੱਧਰੋਂ ਦੀ ਆਸਤੇ ਆਸਤੇ ਗੋਲ ਘੁਮਾਉਂਦੇ ਰਹਿਣਾ ਪਟਿਆਲਾ ਸ਼ਾਹੀ ਪੱਗੜੀ ਵਿੱਚ। ਹੁਣ ਸਾਡੀ ਚੜ੍ਹਾਈ ਥੋੜ੍ਹੀ ਘੱਟ ਗਈ ਕਿਉਂਕਿ ਅਸੀਂ ਉੱਪਰੋਂ ਦੀ ਲੜ ਦੀ ਸੈਟਿੰਗ ਕਰਦੇ ਹੋਏ ਆ ਰਹੇ ਹਾਂ। ਉੱਦਾਂ ਹੀ ਪਹਿਲੇ ਪਿੰਚ ਕਰਾਂਗੇ ਫਿਰ ਪਿੰਚ ਕਰਕੇ ਇਹਨੂੰ ਸੈੱਟ ਕਰਾਂਗੇ। ਜਦ ਇਹਨੂੰ ਅਸੀਂ ਇੱਦਾਂ ਨੀਚੇ ਕਰਤਾ ਫਿਰ ਇੱਧਰੋਂ ਦੀ ਇਹਨੂੰ ਥੋੜ੍ਹਾ ਦਬਾਵਾਂਗੇ ਇੱਧਰ ਹੱਥ ਰੱਖ ਕੇ ਤਾਂ ਕਿ ਨੀਚੇ ਲੜ ਨਾ ਖਿਸਕੇ। ਇਹਨੂੰ ਦਬਾਉਣ ਦਾ ਮਕਸਦ ਇਹ ਹੁੰਦਾ ਜੀ ਇਹ ਸਿੱਧਾ ਹੋ ਜਾਂਦਾ ਇੱਧਰੋਂ ਦੀ, ਅਤੇ ਹੁਣ ਇੱਧਰੋਂ ਦੀ ਇਹਨੂੰ ਫਿਰ ਨੀਚੇ ਤੁਸੀਂ ਦੇਖ ਸਕਦੇ ਹੋ ਇਹ ਲੜ ਇੱਧਰੋਂ ਦੀ ਨੀਚੇ ਨੂੰ ਬਣੀ ਜਾ ਰਹੇ ਨੇ 1, 2, 3, 4, 5 ਅਤੇ ਇੱਧਰੋਂ ਦੀ 1, 2, 3, 4, 5 ਅਤੇ ਹੁਣ ਆਲਮੋਸਟ ਸਾਡਾ ਸੈਕਿੰਡ ਲਾਸਟ ਲੜ ਰਹਿ ਗਿਆ ਜੀ। ਇੱਧਰੋਂ ਦੀ ਅਸੀਂ ਇਹਨਾਂ ਨੂੰ ਕਲੀਅਰ ਕਰ ਲਾਂਗੇ। ਕਲੀਅਰ ਕਰਕੇ ਕੀ ਹੁੰਦਾ ਇਹ ਸੈੱਟ ਹੋ ਜਾਂਦੇ ਇੱਦਾਂ ਲਾਈਨ ਬਣ ਜਾਂਦੀ ਹੈ ਪ੍ਰੋਪਰ। ਹੁਣ ਸਾਡਾ ਲਾਸਟ ਲੜ ਹੈ ਸੈਮੀ ਲਾਸਟ ਸੈਕਿੰਡ ਲਾਸਟ ਲੜ। ਇਸ ਨੂੰ ਰੱਖਣ ਤੋਂ ਬਾਅਦ ਫਿਰ ਅਸੀਂ ਲਾਸਟ ਫਾਈਨਲ ਲੜ ਦਾ ਪੱਲਾ ਬਣਾਵਾਂਗੇ ਉੱਪਰ ਜਿਹੜਾ ਬਣਾਉਣਾ ਪੂਰਾ ਪ੍ਰੋਪਰ ਉਹ ਬਣਾਵਾਂਗੇ ਜੀ ਲਾਸਟ ਫਾਈਨਲ ਲੜ ਜਿਹੜਾ ਹੁੰਦਾ। ਤੁਸੀਂ ਦੇਖ ਪਾਓਗੇ ਕਿ ਬਿਲਕੁਲ ਥੋੜ੍ਹਾ ਜਿਹਾ ਚੌੜਾ ਜਿਹਾ ਹੋ ਗਿਆ ਜੀ। ਇੱਥੋਂ ਦੀ ਲੜ ਸਾਡਾ ਛੋਟਾ ਹੈ, ਇਹਨੂੰ ਆਪਾਂ ਜਦ ਨੀਚੇ ਖਿੱਚਣਾ ਇਹਨੂੰ ਕਲੀਅਰ ਕਰ ਲੈਣਾ ਕਿਉਂਕਿ ਇੱਦਾਂ ਘੁਮਾਵਾਂਗੇ ਜਦ ਇਹਨੂੰ ਫਿਕਸ ਹੋ ਜਾਏਗਾ। ਫਿਰ ਤੁਸੀਂ ਇੱਥੇ ਹੱਥ ਰੱਖ ਕੇ ਆਪਣੇ ਉੱਪਰ ਪੰਜਿਆਂ ਨਾਲ ਉਹਨੂੰ ਅੰਦਰ ਦਬਾਉਣਾ ਉੱਪਰ ਵਾਲੇ ਲੜ ਨੂੰ ਦਬਾ ਕੇ ਫਿਰ ਨੀਚੇ ਵਾਲੇ ਲੜ ਨੂੰ ਇੱਦਾਂ ਅਸੀਂ ਪਿੰਚ ਕਰਕੇ ਅੰਦਰ ਕਰਾਂਗੇ। ਦੇਖੋ ਇਹ ਦੇਖੋ ਪਿੰਚ ਕਰਕੇ ਇਹਨੂੰ ਇੱਦਾਂ ਅੰਦਰ ਕਰਾਂਗੇ ਤਾਂ ਗੋਲ ਘੁੰਮ ਜਾਏਗਾ ਉੱਪਰ ਨੂੰ ਅਤੇ ਲਾਸਟ ਲੜ ਨੂੰ ਉੱਪਰੋਂ ਦੀ ਅਸੀਂ ਸੈੱਟ ਕਰ ਲਾਂਗੇ ਅਤੇ ਉਸ ਤੋਂ ਬਾਅਦ ਅਸੀਂ ਫਾਈਨਲ ਇਹਨੂੰ ਪੱਲਾ ਦੇਣਾ। ਲਾਸਟ ਜਿਹੜਾ ਉੱਪਰ ਲਾਸਟ ਲੜ ਹੈ ਉਹਦੀ ਨਾਲ ਫਿਰ ਉਹਦੀ ਚੁੰਝ ਬਣਾਉਣੀ ਹੈ ਆਪਾਂ। ਇਹ ਦੇਖੋ ਜੀ ਇਹ ਤੁਹਾਡਾ ਹੋ ਗਿਆ ਦੇਖੋ ਫਾਈਨਲ ਲੜ। ਇਹਨੂੰ ਫਿਰ ਥੋੜ੍ਹਾ ਜਿਹਾ ਇੱਦਾਂ ਪਿੱਛੇ ਨੂੰ ਘੁਮਾਵਾਂਗੇ ਕਿਉਂਕਿ ਪਟਿਆਲਾ ਸ਼ਾਹੀ ਥੋੜ੍ਹਾ ਜਿਹਾ ਘੁੰਮ ਕੇ ਆਉਂਦਾ ਜੀ, ਠੀਕ ਹੈ ਜੀ ਇੱਦਾਂ, ਅਤੇ ਇੱਧਰੋਂ ਦੀ ਨੀਚੇ ਇੱਧਰੋਂ ਦੀ ਇੱਦਾਂ ਘੁੰਮ ਕੇ ਆਇਆ। ਹੁਣ ਅਸੀਂ ਕੀ ਕਰਾਂਗੇ ਹੁਣ ਇਸ ਲਾਸਟ ਲੜ ਨੂੰ ਅਸੀਂ ਹੁਣ ਅਸੀਂ ਦੇਖੋ ਜੀ ਇਸ ਲਾਸਟ ਲੜ ਨੂੰ ਅਸੀਂ ਫੜ ਲਾਂਗੇ ਅਤੇ ਹੁਣ ਲੜਾਂ ਦੀ ਸੈਟਿੰਗ ਕਰਾਂਗੇ ਇੱਦਾਂ। ਦੇਖੋ ਇਸ ਇਹ ਵਧੀਆ ਇੱਧਰੋਂ ਦੀ ਸੈੱਟ ਹੋ ਗਿਆ, ਅਸੀਂ ਆਵਾਜ਼ ਨਾਲ ਹਜੇ ਵੀ ਸੈੱਟ ਕਰਾਂਗੇ ਅਤੇ ਇੱਧਰੋਂ ਤੁਸੀਂ ਦੇਖੋ ਇੱਧਰੋਂ ਵੀ ਲੜ ਆ ਗਏ ਨੇ ਇਹਨਾਂ ਨੂੰ ਵੀ ਹੁਣ ਅਸੀਂ ਸੈੱਟ ਕਰਾਂਗੇ। ਹੁਣ ਅਸੀਂ ਲਾਸਟ ਫਾਈਨਲ ਲੜ ਨੂੰ ਸੈੱਟ ਕਰਾਂਗੇ। ਮੈਂ ਵੱਡੇ ਸ਼ੀਸ਼ੇ 'ਚ ਇਹਨੂੰ ਸੈੱਟ ਕਰ ਰਿਹਾ ਹਾਂ, ਤੁਸੀਂ ਲੋਕ ਦੇਖੋ ਤੁਸੀਂ ਸਾਰੇ ਇਹਨੂੰ ਦੇਖੋ ਅਤੇ ਪਤਾ ਲੱਗੇ ਫਿਰ ਮੈਂ ਤੁਹਾਨੂੰ ਦਿਖਾਉਣਾ। ਇਹ ਲੜ ਤੁਸੀਂ ਇੱਧਰੋਂ ਦੀ ਖਿੱਚ ਲੈਣਾ ਫਾਈਨਲ ਲੜ ਜਿਹੜਾ ਇਹਨੂੰ ਇੱਦਾਂ ਖਿੱਚ ਕੇ ਥੋੜ੍ਹਾ ਜਿਹਾ ਅਤੇ ਇਹਨੂੰ ਆਪਾਂ ਸੈੱਟ ਕਰਾਂਗੇ। ਇਹਨੂੰ ਅਸੀਂ ਥੋੜ੍ਹਾ ਜਿਹਾ ਇੱਦਾਂ ਖਿੱਚਾਂਗੇ ਤਾਂ ਕਿ ਇੱਦਾਂ ਪਿੱਛੇ ਦੇਖੋ ਮੈਂ ਖਿੱਚ ਰਿਹਾ ਹਾਂ। ਇਹ ਦੇਖੋ ਇਹ ਵਾਲਾ ਲੜ ਥੋੜ੍ਹਾ ਜਿਹਾ ਪਿੱਛੇ ਕਰਨਾ ਆਪਾਂ ਇੱਧਰੋਂ। ਹੁਣ ਅਸੀਂ ਬਾਜ ਲਿਆਵਾਂਗੇ, ਬਾਜ ਦੇ ਨਾਲ ਅਸੀਂ ਹੁਣ ਸਾਰੇ ਲੜਾਂ ਨੂੰ ਸੈੱਟ ਕੀਤਾ ਜਾਏਗਾ। ਜਿਹੜੀ ਇਹਦੀ ਮਾੜੀ ਜਿਹੀ ਇੱਥੋਂ ਸਾਈਡ ਤੋਂ ਦੇਖੋ ਇਹ ਆਈ ਹੋਈ ਹੈ ਜਗ੍ਹਾ, ਇਹ ਵਾਲੀ ਇਹਨੂੰ ਅੱਗੇ 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 ਕਰ ਦਾਂਗੇ।
ਇੱਦਾਂ ਜਦ ਅਸੀਂ ਅੰਦਰ ਕਰਦੇ ਹਾਂ ਤਾਂ ਦੇਖੋ ਇੱਧਰ ਇਕੁਅਲ ਲੜਨ ਦਾ ਗੈਪ ਆ ਜਾਂਦਾ, ਇਹਨਾਂ ਨੂੰ ਗੈਪ ਨੂੰ ਲੜ ਕਰਕੇ ਇੱਧਰੋਂ ਦੀ ਇੱਦਾਂ ਨੀਚੇ ਰਹੇਗਾ, ਇੱਧਰੋਂ ਦੀ ਉੱਪਰ ਹੋ ਜਾਏਗਾ ਜੀ। ਅਤੇ ਹੁਣ ਅਸੀਂ ਅੰਦਰ ਸਭ ਤੋਂ ਪਹਿਲੇ ਇਹ ਲੜਾ ਸੈੱਟ ਕਰਨ ਤੋਂ ਪਹਿਲੇ ਅਸੀਂ ਇਹ ਪੱਲਾ ਸੈੱਟ ਕਰਾਂਗੇ ਉੱਪਰ ਜਾਂ ਸਿਰ ਦੇ ਉੱਪਰ ਆਉਣਾ। ਥੋੜ੍ਹੀ ਜਿਹੀ ਅਸੀਂ ਸੇਫਟੀ ਜ਼ਿਆਦਾ ਹੈ ਕਿ ਰੱਖੀ ਹੋਈ, ਮੈਂ ਜਾਣ ਕੇ ਰੱਖੀ ਸੀਗੀ, ਪਰ ਹੁਣ ਥੋੜ੍ਹੇ ਨੀਚੇ ਕਰਾਂਗਾ ਇਹਨੂੰ। ਕਿਸੇ ਵੀ ਮੇਰੇ ਵੀਰ ਨੇ ਮੇਰੇ ਨੇੜੇ ਰਹਿੰਦੇ ਹੋਏ, ਮੈਂ ਗਲੋਸਟਰ ਸਿਟੀ ਨਿਊ ਜਰਸੀ ਦੇ ਕੋਲ ਰਹਿੰਦਾ ਹਾਂ, ਕਿਸੇ ਨੇ ਮੈਨੂੰ ਮੇਰੇ ਤੋਂ ਸਪੈਸ਼ਲ ਇੱਕ ਟ੍ਰੇਨਿੰਗ ਲੈਣੀ ਹੋਵੇ ਵਨ ਡੇ, ਮੈਂ ਉਹਨਾਂ ਨੂੰ ਆ ਕੇ ਟ੍ਰੇਨਿੰਗ ਵੀ ਦੇ ਸਕਦਾ ਦਸਤਾਰ ਬੰਨਣ ਦੀ। ਅਤੇ ਹੁਣ ਅਸੀਂ ਇਹ ਜਿਹੜਾ ਇਹਦਾ ਲੜ ਹੈ ਇਹਨੂੰ ਉੱਪਰੋਂ ਅਸੀਂ ਸੈਂਟਰ 'ਚ ਕਰਾਂਗੇ, ਸੈਂਟਰ 'ਚ ਕਰਕੇ ਅਸੀਂ ਇਹਨੂੰ ਖੋਲ੍ਹਣਾ ਸ਼ੁਰੂ ਕਰਾਂਗੇ। ਜਿਹੜਾ ਨੀਚੇ ਵਾਲਾ ਹੁੰਦਾ ਜੀ ਹਮੇਸ਼ਾ ਦੋ ਪੱਲੇ ਹੋਣੇ ਨੀਚੇ, ਅਤੇ ਦੋਨੋਂ ਪੱਲਿਆਂ ਨੂੰ ਅਸੀਂ ਪ੍ਰੋਪਰ ਇਹਨੂੰ ਇੱਥੋਂ ਬਚਾ ਕੇ ਤਾਂ ਕਿ ਪਿੱਛੋਂ ਨਿਕਲ ਨਾ ਜਾਏ, ਅਤੇ ਪੂਰਾ ਖੋਲ੍ਹਾਂਗੇ ਜੀ। ਦੇਖੋ ਇਹਨੂੰ ਖੋਲ੍ਹ ਲਾਂਗੇ ਜੀ, ਇਹ ਹੈਗਾ ਸਾਡਾ ਨੀਚੇ ਵਾਲਾ ਪੱਲਾ, ਇਹਨੂੰ ਪਹਿਲੇ ਪੂਰਾ ਖੋਲ੍ਹ ਕੇ ਸੈੱਟ ਕਰਾਂਗੇ, ਫਿਰ ਉਸ ਤੋਂ ਬਾਅਦ ਉੱਪਰ ਵਾਲੇ ਪੱਲੇ ਨੂੰ ਇਹਦੇ ਉੱਪਰ ਸੈੱਟ ਕਰਾਂਗੇ ਤਾਂ ਕਿ ਨੀਚੋਂ ਦੀ ਸਾਡਾ ਡਬਲ ਪੱਲਾ ਨਾ ਦਈਏ। ਫਿਰ ਅਸੀਂ ਆਸਤੇ ਆਸਤੇ ਇਹਨੂੰ ਇੱਧਰੋਂ ਦੀ ਖਿੱਚ ਲਾਂਗੇ, ਇਹ ਜਿਹੜੀ ਇੱਥੋਂ ਗੱਠ ਜੀ ਬਣੀ ਹੋਈ ਸੀ ਪ੍ਰੋਪਰ ਪਲੇਨ ਹੋ ਜਾਏਗੀ, ਨੀਚੇ ਵਾਲਾ ਪੱਲਾ ਸਾਡਾ ਸੈੱਟ ਹੈ, ਉੱਪਰ ਵਾਲੇ ਪੱਲੇ ਨੂੰ ਅਸੀਂ ਮਾੜਾ ਜਿਹਾ ਨਾਲ ਸੈੱਟ ਕਰਕੇ ਇਹਨੂੰ ਇੱਦਾਂ ਬੰਦ ਕਰ ਦਾਂਗੇ। ਅਤੇ ਜਦੋਂ ਤੁਸੀਂ ਇਹ ਦੇਖੋ ਇੱਦਾਂ ਕਰਕੇ ਇਹ ਇੱਧਰੋਂ ਆਸਤੇ ਆਸਤੇ ਪਿੱਛੇ ਦੀ ਖਿੱਚਣਾ ਸ਼ੁਰੂ ਕਰਨਾ, ਤੁਸੀਂ ਖਿੱਚੋਗੇ ਤਾਂ ਇਹ ਲੜ ਇੱਦਾਂ ਬਿਲਕੁਲ ਸੈੱਟ ਹੋ ਜਾਏਗਾ, ਕਲੀਨ ਹੋ ਜਾਏਗਾ। ਉਸ ਤੋਂ ਬਾਅਦ ਅਸੀਂ ਜਿਹੜਾ ਰੈਸਟ ਵਾਲਾ ਪਾਰਟ ਹੈ ਦੇਖੋ ਇਹ ਵਾਲਾ ਐਕਸਟਰਾ ਪਾਰਟ, ਇੱਧਰ ਐਕਸਟਰਾ ਪਾਰਟ ਇਹਨੂੰ ਅੰਦਰ ਕਰਾਂਗੇ। ਜਦੋਂ ਤੁਸੀਂ ਇਹ ਪਾਰਟ ਨੂੰ ਅੰਦਰ ਕਰਦੇ ਜਾਓਗੇ ਕਰਦੇ ਜਾਓਗੇ ਤਾਂ ਤੁਹਾਡੀ ਇੱਧਰੋਂ ਪੱਗ ਦੀ ਇੱਕ ਪ੍ਰੋਪਰ ਸ਼ੇਪ ਦਿਖਣੀ ਸ਼ੁਰੂ ਹੋ ਜਾਏਗੀ, ਪ੍ਰੋਪਰ ਨੀਟ ਐਂਡ ਕਲੀਨ। ਹੁਣ ਸੈਕਿੰਡ ਵਾਲਾ ਕਰਾਂਗੇ ਅਸੀਂ, ਸੈਕਿੰਡ ਵਾਲਾ ਸਾਡਾ ਲੜ ਦੇਖੋ ਉੱਪਰ ਆਇਆ ਹੋਇਆ, ਇਹਨੂੰ ਅਸੀਂ ਹੁਣੇ ਸੈੱਟ ਕਰਾਂਗੇ ਸਾਰਿਆਂ ਨੂੰ, ਪਰ ਪਹਿਲੇ ਅਸੀਂ ਇਹਦਾ ਬਿਲਕੁਲ ਖੋਲ੍ਹ ਕੇ ਇੱਕਦਮ ਅੰਦਰ ਕਰਨਾ ਤਾਂ ਕਿ ਜਿੰਨਾ ਅੰਦਰ ਤੋਂ ਅੰਦਰ ਜਾ ਸਕੇਗਾ, ਜਦ ਬਾਜ਼ ਨਾਲ ਅਸੀਂ ਇਹਨੂੰ ਅੰਦਰ ਕਰਾਂਗੇ ਉਹ ਬਿਲਕੁਲ ਪਿੱਛੇ ਤੱਕ ਚਲਾ ਜਾਏਗਾ ਅਤੇ ਸਾਨੂੰ ਪੱਗ ਦੇ ਵਿੱਚ ਪ੍ਰੋਪਰ ਇੱਕ ਸ਼ੇਪ ਮਿਲ ਜਾਏਗੀ। ਉਸ ਤੋਂ ਬਾਅਦ ਅਸੀਂ ਇੱਧਰੋਂ ਫੜ ਕੇ ਇਹਨੂੰ ਖਿੱਚ ਲੈਣਾ ਥੱਲੇ, ਜਦ ਖਿੱਚਾਂਗੇ ਦੇਖੋ ਇਹ ਕਲੀਨ ਹੋ ਜਾਏਗਾ। ਸਾਡਾ ਪੱਲਾ ਕਲੀਨ ਹੈ ਜੀ। ਹੁਣ ਇਹ ਵਾਲਾ ਪੱਲਾ ਜਿਹੜਾ ਦੇਖੋ ਇੱਥੋਂ ਥੋੜ੍ਹਾ ਜਿਹਾ ਔਡ ਲੱਗ ਰਿਹਾ, ਅਤੇ ਇਹਨੂੰ ਅਸੀਂ ਇੱਦਾਂ ਉਂਗਲ ਦੇ ਕੇ ਥੋੜ੍ਹਾ ਜਿਹਾ ਦਬਾਵਾਂਗੇ, ਦਬਾ ਕੇ ਇਹਨੂੰ ਅੰਦਰ ਕਰਾਂਗੇ, ਠੀਕ ਹੈ। ਹੁਣ ਅਸੀਂ ਬਾਜ ਨਾਲ ਇਹਨਾਂ ਨੂੰ ਸੈੱਟ ਕਰਾਂਗੇ। ਦੇਖੋ ਹੁਣ ਇੱਧਰੋਂ ਵੀ ਸੈੱਟ ਹੋ ਗਏ ਸਾਡੇ ਲੜ, ਇੱਧਰੋਂ ਵੀ ਸੈੱਟ ਨੇ। ਠੀਕ ਹੈ ਜੀ, ਹੁਣ ਅਸੀਂ ਫਾਈਨਲ ਲੜ ਨੂੰ ਲਗਾਵਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਸਾਡੀ ਦਸਤਾਰ ਕਿੰਨੀ ਸੋਹਣੀ ਆਈ ਹੈ ਜੀ। ਇੱਦਾਂ ਇੱਧਰੋਂ ਦੀ ਬਿਲਕੁਲ ਸੈੱਟ ਹੈ, ਉੱਪਰੋਂ ਦੀ ਇੱਧਰੋਂ ਸੈੱਟ ਹੈ, ਉੱਪਰੋਂ ਦੀ ਸੈੱਟ ਹੈ ਸਾਰੀ, ਦੇਖ ਸਕਦੇ ਹੋ ਉੱਪਰੋਂ ਸਾਰਾ ਸੈੱਟ ਹੈ ਜੀ। ਠੀਕ ਹੈ, ਹੁਣ ਅਸੀਂ ਇਹਨੂੰ ਲਾਸਟ ਫਾਈਨਲ ਲੜ ਲਾਵਾਂਗੇ, ਫਾਈਨਲ ਪੱਲਾ ਲਗਾਵਾਂਗੇ ਜੀ। ਹੁਣ ਮੈਂ ਥੋੜ੍ਹੀ ਜਿਹੀ ਸੈਟਿੰਗ ਕਰਕੇ ਤੁਹਾਨੂੰ ਦੱਸਦਾ, ਅਸੀਂ ਇਸ ਪੱਲੇ ਨੂੰ ਇੱਦਾਂ ਫੜਾਂਗੇ, ਅਤੇ ਇਹਨੂੰ ਖੋਲ੍ਹਾਂਗੇ, ਖੋਲ੍ਹਣ ਤੋਂ ਬਾਅਦ ਅਸੀਂ ਪਹਿਲੇ ਇੱਕ ਦੇਖੋ ਜੀ ਇੱਦਾਂ ਕਰਾਂਗੇ, ਅਸੀਂ ਇਹਨੂੰ ਖੋਲ੍ਹ ਕੇ ਇਹਨੂੰ ਥੱਲੇ ਕਰ ਲਾਂਗੇ, ਇਹਨੂੰ ਉੱਪਰ ਕਰ ਲਾਂਗੇ, ਇਹਨੂੰ ਜਦ ਥੱਲੇ ਉੱਪਰ ਕਰਾਂਗੇ ਤਾਂ ਇਹਨੂੰ ਜਦ ਇੱਧਰੋਂ ਖਿੱਚੋਗੇ ਤਾਂ ਇੱਦਾਂ ਇੱਕ ਲੜ ਪੱਲਾ ਬਣ ਜਾਏਗਾ, ਠੀਕ ਹੈ। ਇਹ ਪ੍ਰੋਪਰ ਬਣ ਜਾਏਗਾ, ਇੱਕ ਸ਼ੇਪ ਬਣ ਜਾਏਗੀ, ਇਹਨੂੰ ਉੱਪਰੋਂ ਦੀ ਲਿਆਉਂਦੇ ਹੋਏ ਪਿੱਛੋਂ ਦੀ ਵਾਪਸੋਂ, ਇਹਨੂੰ ਖੋਲ੍ਹ ਲਵਾਂਗੇ ਜੇ ਪੂਰਾ ਇੱਦਾਂ ਇੱਕਦਮ ਕਰਕੇ ਸੈੱਟ।
ਇਹ ਤਾਂ ਭਾਅ ਜੀ ਇੱਦਾਂ ਹੀ ਨਾ ਖੋਲ੍ਹ ਲਾਂਗੇ, ਪਰ ਇਹਨੂੰ ਅਸੀਂ ਇੱਧਰੋਂ ਹਾਫ ਕਰਾਂਗੇ ਫਿਰ ਬਾਅਦ 'ਚੋਂ। ਦੇਖੋ ਇਹਨੂੰ ਅਸੀਂ ਮੋੜ ਲਿਆ ਅੰਦਰ ਵਾਪਸ, ਅਤੇ ਜੇ ਚਾਹੀਏ ਤਾਂ ਨੀਚੇ ਵਾਲਾ ਵੀ ਇਹਨੂੰ ਥੋੜ੍ਹਾ ਜਿਹਾ ਮੋੜ ਲਾਂਗੇ ਤਾਂ ਕਿ ਉਹ ਟਾਈਟ ਹੋ ਜਾਏਗਾ, ਅਤੇ ਉੱਪਰੋਂ ਵੀ ਸਾਡਾ ਟਾਈਟ ਹੈ, ਥੱਲੋਂ ਵੀ ਟਾਈਟ ਹੋ ਗਿਆ ਸਾਡਾ, ਅਤੇ ਸਾਨੂੰ ਇੱਕਦਮ ਪ੍ਰੋਪਰ ਇੱਕ ਲਾਸਟ ਲੜ ਦੀ ਸ਼ੇਪ ਮਿਲ ਜਾਏਗੀ। ਅਤੇ ਬਾਜ ਦੇ ਨਾਲ ਇੱਧਰੋਂ ਦੀ ਅਸੀਂ ਇਹਦੀਆਂ ਵੱਟਾਂ ਜਿਹੜੀਆਂ ਨੇ ਉਹ ਕੱਢ ਲਾਂਗੇ ਅਤੇ ਕਲੀਨ ਕਰ ਲਾਂਗੇ। ਮੈਂ ਪੱਗ ਬੰਨਣ ਵੇਲੇ ਹਮੇਸ਼ਾ ਤਿੰਨ ਪਿੰਨਾਂ ਦੀ ਇਸਤੇਮਾਲ ਕਰਦਾ ਵਾਂ, ਦੋ ਛੋਟੀਆਂ ਅਤੇ ਇੱਕ ਵੱਡੀ। ਇੱਕ ਮੈਂ ਛੋਟੀ ਇੱਧਰ ਲਵਾਂਗਾ, ਇੱਕ ਨਵੀਂ ਛੋਟੀ ਇੱਧਰ ਲਵਾਂਗਾ ਅਤੇ ਇੱਕ ਵੱਡੀ ਪਿੱਛੇ ਲਵਾਂਗਾ। ਮੈਂ ਥੋੜ੍ਹੀ ਜਿਹੀ ਪਗੜੀ ਗਿੱਲੀ ਕਰ ਲਵਾਂ। ਲਾਸਟ ਨਾਲ ਨੂੰ ਅਸੀਂ ਥੋੜ੍ਹਾ ਜਿਹਾ ਇੱਦਾਂ ਮਾੜਾ ਜਿਹਾ ਪਾਣੀ ਜਿਹਾ ਲਾ ਲਾਂਗੇ ਜੀ ਤਾਂ ਕਿ ਸੈੱਟ ਹੋ ਜਾਏਗਾ ਪ੍ਰੋਪਰ। ਅਤੇ ਉਸ ਤੋਂ ਬਾਅਦ ਅਸੀਂ ਇੱਦਾਂ ਕਰਕੇ ਅਤੇ ਸ਼ੇਪ ਬਣਾਉਣੀ ਹੈ ਜੀ, ਜਿੱਥੇ ਤੁਸੀਂ ਆਪਣਾ ਲਾਸਟ ਲੇਅਰ ਲਗਾਉਣਾ ਚਾਹੁੰਦੇ ਹੋ, ਤੁਹਾਡੇ ਪਗੜੀ ਦੇ ਹਿਸਾਬ ਨਾਲ ਤੁਹਾਡਾ ਲਾਸਟ ਲੇਅਰ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿੱਥੇ ਲਾਉਣਾ, ਉਸ ਹਿਸਾਬ ਨਾਲ ਤੁਸੀਂ ਆਪਣਾ ਲਾਸਟ ਲੇਅਰ ਤਕਰੀਬਨ ਇੱਦਾਂ ਸਿੱਧਾ ਹੁੰਦਾ ਜੀ, ਇੱਦਾਂ ਸਟ੍ਰੇਟ ਹੁੰਦਾ। ਪਗੜੀ ਦੀ ਪਿੰਨ ਲਾਵਾਂਗਾ ਹੁਣ ਸੈਂਟਰ 'ਚ, ਇਹ ਦੇਖੋ ਜੀ ਪਗੜੀ ਦੀ ਪਿੰਨ ਮੈਂ ਇੱਥੇ ਸੈਂਟਰ 'ਚ ਲਗਾਈ, ਇੱਦਾਂ ਲਗਾਈ ਹੈ ਤਾਂ ਕਿ ਇੱਦਾਂ ਉਹਨੂੰ ਜਦ ਪੱਲੇ ਨੂੰ ਕਰਾਂ, ਇਹਨੂੰ ਜਦ ਲਾਸਟ ਲੇਅਰ ਨੂੰ ਉੱਪਰ ਕਰਾਂਗਾ ਤਾਂ ਪ੍ਰੋਪਰ ਸੈੱਟ ਹੋ ਜਾਏਗਾ ਜੀ। ਇੱਦਾਂ ਲਗਾ ਕੇ ਫਿਰ ਅਸੀਂ ਸਾਰਾ ਇੱਦਾਂ ਪਿੱਛੇ ਮੋੜ ਦਾਂਗੇ ਜੀ, ਮੋੜ ਕੇ ਅਤੇ ਦੇਖੋ ਇੱਦਾਂ ਇਹਨੂੰ ਸੈੱਟ ਕਰ ਲਾਂਗੇ। ਸੈੱਟ ਕਰਨ ਤੋਂ ਬਾਅਦ ਅਸੀਂ ਇੱਧਰੋਂ ਦੀ ਹੱਥ ਨਾਲ ਇਹਨੂੰ ਰੋਕ ਕੇ ਇੱਧਰੋਂ ਪੂਰਾ ਘੁਮਾਵਾਂਗੇ ਤਾਂ ਕਿ ਹੋਏਗਾ ਇਹ ਜਿਹੜਾ ਪੱਲਾ ਖਿੱਚਣ ਸਾਰੇ ਪਾਸੋਂ ਬਰਾਬਰ ਟਾਈਟ ਹੋ ਜਾਏਗਾ। ਅਤੇ ਪਹਿਲੀ ਪਿੰਨ ਇੱਧਰ ਲਾਵਾਂਗੇ, ਪਹਿਲੀ ਪਿੰਨ ਅਸੀਂ ਪਹਿਲੇ ਜੁਆਇੰਟ 'ਤੇ ਲਵਾਂਗੇ ਤਾਂ ਕਿ ਇੱਧਰ ਸੈੱਟ ਹੋ ਜਾਏ। ਫਿਰ ਥੋੜ੍ਹਾ ਜਿਹਾ ਹੋਰ ਘੁਮਾ ਕੇ ਉਸ ਤੋਂ ਪਿੱਛੇ ਇੱਕ ਵੱਡੀ ਪਿੰਨ ਲਾ ਦਾਂਗੇ ਤਾਂ ਕਿ ਉਹ ਪੂਰੀ ਅੰਦਰ ਉਹਨੂੰ ਗ੍ਰਿਪ ਮਿਲ ਜਾਏ ਤਾਂ ਕਿ ਉਹ ਲੂਜ਼ ਨਾ ਹੋਵੇ ਦੁਬਾਰਾ। ਅਤੇ ਬਾਕੀ ਲੜ ਅਸੀਂ ਇਹ ਜਿਹੜਾ ਰਹਿ ਗਿਆ ਇਹਨੂੰ ਅਸੀਂ ਇੱਦਾਂ ਵਿੱਚ ਸਾਈਡ 'ਤੇ ਕਰਕੇ ਦਬਾ ਦਾਂਗੇ ਤਾਂ ਕਿ ਉਹ ਗੰਦਾ ਨਾ ਲੱਗੇ ਔਰ ਕਲੀਅਰ ਰਹੇ। ਅਤੇ ਇਹ ਦੇਖੋ ਜੀ ਪੱਗ 'ਤੇ ਆ, ਆਪਣੀ ਪੱਗ ਬੰਨੀ ਗਈ ਹੈ, ਬੜੀ ਸੋਹਣੀ ਆਈ ਹੈ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਪੱਗ ਬੜੀ ਕਲੀਅਰ ਪੱਗ ਆਈ ਹੈ, ਬੜੀ ਸੋਹਣੀ ਪੱਗ ਆਈ ਹੈ, ਦੇਖ ਸਕਦੇ ਹੋ ਤੁਸੀਂ ਇਹ ਦੇਖੋ ਇੱਦਾਂ, ਠੀਕ ਹੈ ਜੀ। ਸਾਰਾ ਬਹੁਤ ਵਧੀਆ ਆਇਆ, ਮੈਂ ਤੁਹਾਨੂੰ ਦਿਖਾਉਂਦਾ ਹੁਣ ਸਿੱਧਾ ਕਰਕੇ ਵੀ ਦਿਖਾ ਦਿੰਦੇ ਹਾਂ ਥੋੜ੍ਹਾ ਜਿਹਾ। ਦੇਖੋ ਇਹ ਸਾਡੀ ਪੱਗ ਬੜੀ ਸੋਹਣੀ ਪੱਗ ਆ ਗਈ ਹੈ ਜੀ। ਅਤੇ ਥੈਂਕ ਯੂ ਵੀਰੋ ਜਿਨ੍ਹਾਂ ਨੇ ਮੇਰੀ ਪੱਗ ਦੇਖੀ, ਜਿਨ੍ਹਾਂ ਨੇ ਮੇਰੇ ਪੱਗ ਬੰਨਣ ਦਾ ਸਟਾਈਲ ਦੇਖਿਆ। ਹੁਣ ਅਗਲੇ ਵਾਰੀ ਮੈਂ ਫਿਰ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਆਵਾਂਗਾ ਅਤੇ ਤੁਹਾਡੇ ਸਾਹਮਣੇ ਸਾਰਿਆਂ ਸਾਹਮਣੇ ਪੇਸ਼ ਕਰਾਂਗਾ ਦੁਬਾਰਾ। ਅਤੇ ਸਿੰਘ ਜਿਹੜੇ ਹੁੰਦੇ ਨੇ ਇੱਦਾਂ ਹੀ ਜੱਚਦੇ ਨੇ, ਪੱਗ ਦੇ ਨਾਲ ਹੀ ਜੱਚਦੇ ਨੇ, ਪੱਗ ਹੀ ਸਿੰਘਾਂ ਦੀ ਟੋਰ ਹੈ ਅਤੇ ਸਿੰਘਾਂ ਨੂੰ ਪੱਗ ਹੀ ਸ਼ੂਟ ਕਰਦੀ ਹੈ। ਜਿਵੇਂ ਵੀ ਤੁਸੀਂ ਦੇਖੋ ਇਸ ਪੱਗ ਨੂੰ ਸੂਟ ਕਰਨਾ ਹੈ, ਪੱਗ ਸਿੰਘਾਂ ਦੀ ਸ਼ਾਨ ਹੈ। ਦੇਖੋ ਤੁਸੀਂ ਪੱਗ ਮੇਰੀ, ਪੱਗ ਦਾ ਸਟਾਈਲ ਦੇਖ ਲਓ, ਇਹ ਮੈਂ ਤੁਹਾਡੇ ਸਾਹਮਣੇ ਪੂਰੀ ਬੰਨੀ ਹੈ ਬੇਸ ਤੋਂ ਲੈ ਕੇ, ਦੇਖ ਸਕਦੇ ਹੋ ਇਹ ਸਾਈਡ ਪੋਰਸ਼ਨ, ਇਹ ਫਰੰਟ, ਇੱਧਰੋਂ ਦੀ ਸਾਈਡ ਅਤੇ ਇੱਧਰੋਂ ਦੀ ਨੀਚੇ। ਅਤੇ ਇਹ ਸੀਗੀ ਤੁਹਾਡੇ ਸਾਰਿਆਂ ਵਾਸਤੇ ਮੇਰੇ ਵੱਲੋਂ ਇੱਕ ਦੁਬਾਰਾ ਮੈਂ ਪੱਗ ਬੰਨਣ ਦੀ ਕੋਸ਼ਿਸ਼ ਕੀਤੀ ਹੈ ਅਤੇ ਤੁਹਾਡੇ ਸਾਰਿਆਂ ਨੂੰ ਸਮਝਾਉਣ ਦੀ। ਜਿਹੜੇ ਵੀਰ ਨੇ ਮੇਰੇ ਤੋਂ ਪਰਸਨਲੀ ਪੱਗ ਸਿੱਖਣੀ ਹੋਵੇ, ਮੈਂ ਨਿਊ ਜਰਸੀ ਵਿੱਚ ਰਹਿਣਾ ਵਾਂ ਫਿਲਾਡੈਲਫੀਆ ਦੇ ਕੋਲ, ਮੈਨੂੰ ਪਰਸਨਲ ਮੈਸੇਜ ਕਰਕੇ ਮੈਨੂੰ ਦੱਸ ਸਕਦੇ ਨੇ, ਅਗਰ ਉਹਨਾਂ ਨੂੰ ਕੋਈ ਟ੍ਰੇਨਿੰਗ ਚਾਹੀਦੀ ਹੈ ਉਹ ਆ ਸਕਦੇ ਨੇ, ਮੋਸਟ ਵੈਲਕਮ ਹੈ। ਨਹੀਂ ਤਾਂ ਮੈਂ ਵੀ ਉਹਨਾਂ ਦੇ ਘਰ ਜੇ ਨੇੜੇ ਹੈਗਾ ਮੈਂ ਜ਼ਰੂਰ ਜਾਵਾਂਗਾ ਜੀ। ਅਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਪੱਗ ਕਿਵੇਂ ਦੀ ਆਈ ਅਤੇ ਤੁਹਾਨੂੰ ਸਾਰਿਆਂ ਨੂੰ ਮੇਰੀ ਪੱਗ ਕਿਵੇਂ ਲੱਗੀ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਫਿਰ ਦੁਬਾਰਾ ਇੱਕ ਵਾਰੀ ਪੇਸ਼ ਕਰਾਂਗਾ ਇੱਕ ਨਵੇਂ ਵੀਡੀਓ ਦੇ ਨਾਲ ਆਵਾਂਗਾ ਜੀ, ਅਤੇ ਦੁਬਾਰਾ ਇੱਕ ਹੋਰ ਵੀਡੀਓ ਲਿਆਵਾਂਗਾ ਪੱਗ ਦਸਤਾਰ 'ਤੇ। ਅਤੇ ਥੈਂਕ ਯੂ ਸਾਰਿਆਂ ਨੂੰ ਮੇਰੇ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।